ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ? ਆਈ ਹੋਪ ਤੁਸੀਂ ਸਾਰੇ ਵਧੀਆ ਹੋਣਗੇ। ਅਤੇ ਅੱਜ ਆਪਾਂ ਪਿੰਡ ਨਾਨਕੇ ਆਏ ਹੋਏ ਸੀ, ਸਾਰਿਆਂ ਨੂੰ ਪਤਾ ਹੈ। ਅਤੇ ਆਪਾਂ ਕੱਢਣ ਲੱਗੇ ਸੀ ਆਲੂ, ਅਤੇ ਕੱਲ੍ਹ ਤਾਂ ਆਹ ਇੰਨੀਆਂ ਕੁ ਡੋਲਾਂ ਆਪਾਂ ਕਹੀਆਂ ਨਾਲ ਕੱਢ ਲਈਆਂ ਤੀਆਂ, ਅਤੇ ਅੱਜ ਉਹ ਲਿਆਂਦਾ ਫੰਜਗਾੜ, ਉਹ ਦੇਖੋ ਸਾਰੇ ਤੁਸੀਂ। ਅਤੇ ਉਹਦੇ ਨਾਲ ਅੱਜ ਪੱਟਣੇ ਆਲੂ, ਅਤੇ ਪੱਟਦੇ ਹਾਂ ਆਲੂ। ਆਜੋ ਫਿਰ ਦਿਖਾਈਏ ਕਿੱਦਾਂ ਆਲੂ ਪੱਟੇ ਜਾਂਦੇ ਆ ਅਤੇ ਕਿੱਦਾਂ ਲਾਏ ਜਾਂਦੇ ਆ। ਆਪਾਂ ਤਾਂ ਹੁਣੇ ਪੱਟੇ ਜਾਂਦੇ ਆ। ਭਾਈ ਇੱਕ ਬੋਰੀ ਕੱਢ ਲਈ ਤੇ ਮੂੰਹ ਤਾਂ ਇੱਕ ਬੋਰੀ ਨਿਕਲ ਗਈ ਆ, ਅਤੇ ਹਾਲੇ ਖਾਲਾਂ ਵਾਧੂ ਪਈਆਂ ਜੀ। ਜੀ ਇੰਜੀਨੀਅਰ ਸਾਹਿਬ ਵੀ ਸਾਡੇ ਕੋਲ ਪੁੱਜ ਗਏ ਆ, ਦੇਖ ਰਹੇ ਆ ਕੰਮ ਕਿੱਦਾਂ ਚੱਲ ਰਿਹਾ। ਇਹ KFC ਵਾਲੇ ਹੈ, ਦੱਖਣ ਪੂਰਾ ਚੱਲਦਾ ਹੈ, ਮੀਂਹ ਦੀ ਸੰਭਾਵਨਾ ਹੈ। ਅਤੇ ਜਿਹੜੇ ਕਹਿੰਦੇ ਧਰਨੇ ਪਰ ਬੈਠੇ ਆ ਬਿਨਾਂ ਮਤਲਬ, ਅਤੇ ਆਹ ਦੇਖੋ 6 ਬੰਦੇ ਦਿਹਾੜੀ ਪਰ ਲੱਗੇ ਹੋਏ ਆ, 1500 ਦਾ ਬੀਜ ਲੱਗਿਆ। ਫਿਰ ਕਹਿੰਦੇ ਵਾਧਾ, ਫਿਰ ਕਹਿੰਦੇ ਆਲੂ ਛੋਟਾ ਜੀ, ਇਹ ਫਰੈਂਚ ਪ੍ਰਾਈਜ਼ ਨਹੀਂ ਬਣਨੇ ਇਹਦੇ, ਆਹ ਕੰਮ ਹੋਣਾ ਜੇ ਬਿੱਲ ਪਾਸ ਹੋ ਗਏ। ਚਲੋ ਕੋਈ ਨਾ, ਤੁਹਾਨੂੰ ਆਲੂ ਦਿਖਾਉਂਦੇ ਆ। ਦੇਖੋ ਆਲੂ ਆਲੂ ਸਮਾਨ ਵਿੱਚ ਤਾਰੇ ਕਿੰਨੇ ਆ, ਤਾਰੇ ਵੇਖ ਵਕਤ ਮਿੱਟੀ ਖਿਲਾਰ ਹੀ ਜਾਈਏ ਤੈਨੂੰ। ਆਲੂ 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 ਫਾੜੇ। ਕਹਿੰਦੇ ਜੀ ਆਲੂ ਪੱਟ ਪੱਟ ਕੇ ਬੁਰਾ ਹਾਲ ਕਰਿਆ ਪਿਆ ਮੁੰਡਿਆਂ ਨੇ। ਬਾਬੇ ਦੂਈ ਕਹੀ ਲੈ ਲਾ, ਦੂਈ ਲੈ ਲਓ, ਆਲੂ ਵਾਲੀ ਲੈ ਲਓ ਜੀ, ਇਹ ਨਾਲ ਨਹੀਂ ਲੈ ਯਾਰ, ਇਹ ਤਾਂ ਥੋੜਾ ਦੱਬ ਹੁੰਦੇ ਬਹੁਤ। ਆ ਆਲੂ ਵਾਲੀ ਲੈ ਲਓ, ਆਲੂ ਆ ਨਾ ਥੱਲੇ ਚੱਕ ਜਾਣਾ ਜੀ। ਬਾਬੇ ਚੁੱਕੀ ਜਾਊਂਗਾ ਤੂੰ, ਆਏ ਤੁਸੀਂ ਚੁੱਕੀ ਜਾ, ਅਸੀਂ ਪੱਟੀ ਜਾਂਦੇ। ਬਾਬੇ ਚੁੱਕੀ ਜਾ ਯਾਰ, ਤੂੰ ਚੁੱਕੀ ਜਾ ਪਿੱਛੇ ਇੱਕ ਤਾਂ ਡਿਸਾਈਡ ਨਹੀਂ ਹੁੰਦਾ ਪਹਿਲਾਂ ਕਰਨਾ ਗਿਆ ਏ ਬਈ ਚੁੱਕਣੇ ਆ ਕਿ ਲਾਉਣੇ ਆ। ਮੈਂ ਅੱਗੇ ਤੇ ਲੱਗ ਜਾਂਦਾ ਨਾ ਕਹੀ ਲੈ ਕੇ, ਹੈਂ ਇੱਧਰ ਆ ਤੂੰ ਪਿੱਛੇ, ਨਹੀਂ ਮੈਂ ਉੱਧਰ ਲਗਾ ਜਾਂਦਾ ਬਾਈ, ਕਈ ਨਾ ਕੰਮ ਲੱਗਣਾ ਤੂੰ ਪਿੱਛੇ ਫੜ ਲਈ ਤੂੰ। ਅੱਛਾ ਇਹਦੀ ਕੜੀ ਲੈ ਕੇ ਜਾਣੀ, ਦੇੜ ਦੇਣਾ ਸੀ। ਅੱਛਾ ਤੁਸੀਂ ਆਪਣਾ ਕਿਆ ਵਿਚਾਰ ਦੇਣਾ ਚਾਹੁੰਦੇ ਹੋ? ਅਸੀਂ ਵਿਚਾਰ ਦੇਣਾ ਚਾਹੁੰਦੇ ਜੀ ਇਹ। ਹਾਂਜੀ ਦੱਸੋ ਜੀ, ਵੀ ਕੰਮ ਕਰਨਾ ਚਾਹੀਦਾ ਬੰਦੇ ਨੂੰ। ਹਾਂ ਕੰਮ ਕਿਹੜਾ ਕਰਨਾ ਚਾਹੀਦਾ? ਕੰਮ ਸਾਰੇ ਕਰਨੇ ਚਾਹੀਦੇ ਆ। ਮਤਲਬ ਕਿੱਦਾਂ ਦੇ ਕੰਮ ਕਰਨਾ ਚਾਹੀਦੇ ਆ ਜੀ? ਕਿੱਦਾਂ ਦੇ ਮਤਲਬ ਜੀ? ਇੱਕ ਤਾਂ ਖੇਤੀ ਵਾਲੇ ਕਰਨੇ ਚਾਹੀਦੇ ਜੀ। ਹਾਂਜੀ, ਅਤੇ ਦੂਆ ਨੰਬਰ ਕਰਨਾ ਚਾਹੀਦਾ ਡੰਗਰਾਂ ਵਾਲੇ ਵੀ। ਡੰਗਰਾਂ ਵਾਲੇ ਮੈਨੂੰ ਉਹਦੇ ਨੂੰ ਆਉਣ ਦੂਏ, ਡੰਗਰਾਂ ਵਾਲੇ ਕੰਮ ਕਰਨੇ ਚਾਹੀਦੇ ਬੰਦੇ ਨੂੰ। ਡੰਗਰਾਂ ਵਾਲੇ ਕਿੱਦਾਂ ਦੇ? ਡੰਗਰਾਂ ਵਾਲੇ ਕਿੱਦਾਂ ਦੇ? ਡੰਗਰਾਂ ਵਾਲੇ ਮੈਨੂੰ ਕੱਖ ਵੱਢਣੇ ਚਾਹੀਦੇ ਆ। ਅੱਛਾ ਜੀ, ਅਤੇ ਧਾਰਾਂ ਧੁਰਾਂ ਚੋਣੀਆਂ ਵੀ ਚਾਹੀਦੀਆਂ ਤੁਹਾਨੂੰ? ਆਉਂਦੀਆਂ ਜਿਹੜੀਆਂ ਚੋਣੀਆਂ ਧਾਰਾਂ ਵੀਰ, ਮਸ਼ੀਨ ਨਾਲ ਚਾਹੀਦੀ ਆ। ਤੁਸੀਂ ਤਾਂ ਨਹੀਂ ਚਾਹੁੰਦੇ ਮਸ਼ੀਨ ਨਾਲ ਚਾਹੁੰਦੇ? ਪਰ ਮਸ਼ੀਨ ਲਾਉਣੀ ਹੋਣੀ ਚਾਹੀਦੀ ਆ। ਮਸ਼ੀਨ ਲਾਉਣੀ ਆਣੀ ਚਾਹੀਦੀ ਆ। ਮਸ਼ੀਨ ਕਿੱਦਾਂ ਲਾਈਦੀ ਜਾਂਦੀ ਆ ਦੱਸ ਸਕਦੇ ਤੁਸੀਂ? ਇਹ ਤੁਹਾਨੂੰ ਦਿਖਾ ਦੂੰਗਾ ਮਸ਼ੀਨ ਲਾਉਣੀ, ਦਿਖਾ ਦਾਂਗੇ ਬਲੌਗ ਬਣਾ ਦਾਂਗੇ। ਕੋਈ ਨਾ, ਮਸ਼ੀਨ ਵਾਲਾ ਹੀ ਬਲੌਗ ਆਏਗਾ ਜੀ। ਅੱਛਾ ਜੀ, ਅਤੇ ਹੋਰ ਆਪਣਾ ਹੋਰ ਕੀ ਕੰਮ ਕਰਨਾ ਚਾਹੀਦਾ? ਗੋਹਾ ਵੀ ਚੱਕਣਾ ਚਾਹੀਦਾ ਹੈ। ਗੋਹਾ ਚੱਕਣਾ ਚਾਹੀਦਾ ਜੀ ਸ਼ਾਇਦ। ਗੋਹੇ ਦਾ ਕਿਆ ਕਿਆ ਲਾਭ ਹੁੰਦੇ ਆ? ਗੋਹੇ ਦੇ ਸ਼ਹਿਰਾਂ ਨੂੰ ਪਤਾ ਨਹੀਂ ਵੀ ਗੋਹੇ ਦੇ ਕਿਆ ਕਿਆ ਲਾਭ ਹੁੰਦੇ ਆ। ਗੋਹੇ ਲਾਭ ਇੱਕ ਤਾਂ ਹੈ ਜੀ, ਇੱਕ ਤਾਂ ਹੱਥ ਸਾਫ਼ ਰਹਿੰਦੇ ਆ। ਗੋਹੇ ਦਾ, ਗੋਹਾ ਦੱਸੋ ਪਹਿਲਾਂ ਗੋਹਾ ਕਿਆ ਹੁੰਦਾ? ਉਹਨੂੰ ਗੋਹਾ ਨਹੀਂ ਪਤਾ ਹੈਗਾ। ਗੋਹਾ ਉਹ ਹੁੰਦਾ ਜਿਹੜਾ ਆਪਣਾ ਵੇਸਟ ਮਟੀਰੀਅਲ, ਜਿੱਦਾਂ ਸਵੇਰ ਨੂੰ ਅਸੀਂ ਲੈਟਰਿੰਗ ਕਰਦੇ ਆ, ਉਹ ਡੰਗਰਾਂ ਦਾ ਹੁੰਦਾ ਗੋਹਾ, ਉਹਨੂੰ ਕਹਿੰਦੇ ਗੋਹਾ। ਅਤੇ ਹੁਣ ਦੱਸੋ ਜੀ ਗੋਹਾ ਦਾ ਕਿਆ ਕਿਆ ਲਾਭ ਆ? ਗੋਹੇ ਲਾਭ ਤਾਂ ਜੀ ਇੱਕ ਤਾਂ ਖੇਤਾਂ ਮਾ ਹੈ। ਹਾਂ ਖੇਤਾਂ ਮਾ, ਰੇਹ ਦੇ ਕੰਮ ਆਉਂਦਾ, ਰੇਹ ਦੇ ਕੰਮ ਆਉਂਦਾ ਹੈ। ਹਾਂ ਪੈਸਟੀਸਾਈਡਸ, ਇਹਨੂੰ ਆਪਾਂ ਖਾਦਾਂ ਕਹਿੰਦੇ ਆ ਜੀ। ਹਾਂਜੀ, ਅਤੇ ਦੂਆ ਵੀ ਠੀਕ ਹੈ ਜੀ, ਬਾਕੀ ਨਹੀਂ, ਬਾਕੀ ਆਪਣਾ ਗੋਟੇ ਵੀ ਬਣਦੇ ਆ। ਮੈਂ ਸੁਣਿਆ ਪਾਥੀਆਂ ਗੋਟੇ ਜਿਹੜੇ ਆਪਣੇ ਚੁੱਲ੍ਹੇ 'ਚ ਲਾਏ ਜਾਂਦੇ, ਫਿਰ ਉਹਦਾ ਸੇਕ ਬਹੁਤ ਸੋਹਣਾ ਹੁੰਦਾ ਹੈ। ਹਾਂਜੀ ਹਾਂ, ਬਾਲਣ ਦੇ ਤੌਰ ਤੇ ਵਰਤਿਆ ਜਾਂਦਾ। ਅੱਛਾ ਜੀ, ਅਤੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਖੇਤੀ 'ਚ ਪਏ ਹੋਏ ਨੂੰ ਜੀ?
ਖੇਤੀ ਚੋਂ ਪਏ ਹੋਏ ਨੂੰ ਜੀ ਮੈਂ 10ਵੀਂ ਚ ਪਿਆ ਤਾ ਜੀ ਅੱਛਾ 10ਵੀਂ ਚ ਤੂੰ ਖੇਤੀ ਚ ਪੈ ਗਿਆ ਸੀ ਤੁਸੀਂ ਹਾਂਜੀ ਅੱਛਾ ਅੱਛਾ ਨਹੀਂ ਤਾਂ ਕਹਿੰਦੇ ਜ਼ਿਮੀਂਦਾਰ ਦਾ ਜੰਮ ਤਾਂ ਖੇਤੀ ਚ ਪੈ ਜਾਂਦਾ ਜੀ ਹੈ ਨਹੀਂ ਮੈਂ 10ਵੀਂ ਚ ਪਿਆ ਤਾ ਤੁਸੀਂ 10ਵੀਂ ਚ ਪਏ ਤੇ ਠੀਕ ਹੈ ਪਿਆ ਤਾ ਜੀ ਤੁਸੀਂ ਕਿੰਨੇ ਪੜ੍ਹੇ ਲਿਖੇ ਹੋ ਜੀ ਮੈਂ ਪਲੱਸ 2 ਕੀਤੀ ਹੈ ਜੀ ਅੱਛਾ ਮੈਂ ITI ਕਰਦਾ ਜੀ ਅੱਛਾ ITI ਕਰਦੇ ਹੋ ITI ਕਾਹਦੀ ਕਰਦੇ ਤੁਸੀਂ ITI ਕਰਦੇ ਮਕੈਨੀਕਲ ਦੀ ਅੱਛਾ 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 ਫੇਰ ਤਾਂ ਠੀਕ ਹੈ ਜੀ ਚਲੋ ਫੇਰ ਆਪਾਂ ਹੁਣ ਤੁਹਾਨੂੰ ਕੰਮ ਕਰ ਦਿਖਾਉਂਦੇ ਆ ਆਲੂ ਆਲੂ ਦਿਖਾਉਂਦੇ ਕਿੱਦਾਂ ਪੱਟੇ ਜਾਂਦੇ ਆ ਹੁਣ ਮੌਸਮ ਵੀ ਠੰਡਾ ਹੋ ਗਿਆ ਏ ਤੇ ਆ ਜਾਓ खाना कड़ती है जो चले रोटी खान रोटी रोटी खा के फिर इधर लगाए लो जी आ खेत आप लबेड़ता तो इधर लगे हुए नौजवान तो आप हूँ अरे नवे आलू लाए थे ये घर में लेके चले आते हूँ आप चलीए घर सवेरे कल खाने पट रहे उस वे वीडियो देखी होनी दोपहर के 2 बजे तो आह कंप्लीट आ उधर लग्या हुआ साडा बंदा तो आ कंप्लीट देखे देखते हैं जेकर लिपड़ता काम रेड़ जी जिसे लिपड़ता है चलिए घर जी आधा खेत वेला करता वैसे 2 जने लगे नौजवान सारे लगे हुए मम्मी भाने कट्ठे खाली करता वैसे कख थोड़े जने पट रहे हैं बाकी नाल यार ब्लॉग तुम दबा रहे हैं आ तुसी देख सकते हो आ मुंडा मेहनत बहुत करवाउंदा है आ देखो जी इहदा जे यूट्यूब चैनल बन गया चौधरा पहला अनसबसक्राइब भी करियो ओ सॉरी जी मैं ते गाल कड हो गई गलती मुलती माफ इहदा इहदे चैनल नु सबसक्राइब कर जरूर करना जी ना करियो ना ये चाह नहीं लिखियोगा आ देखो कहंदे मेहनत ही लगे हुआ जरूर दस दियो हां भाई ये चाह बनानी चाहिदी इहनु के नहीं बनानी चाहिदी ओए गाल नहीं कड्डनी हैगी गाल नहीं कड्डनी भैन चोदा चो मोदी दा प्रधानमंत्री आ झंडा वाह भी वाह हां फिर जट का फट जूगा लगा कर जाएंगे घिसाई होता है तो घिसाई होता है उसमें खेत में बहुत गिल आता है पर नीचे से चला हो जाते थे सरदार जी ये बीज केड़ा था ये सरदार जी ये भाई मन्ना सिंह बीज था पुखराज S1 S1 हां जी हां जी बहुत बढ़िया बीज था ये बहुत बढ़िया आलू निकलया है ਕਿਲੋ ਦੇ 3 ਜਾਂ 4 ਬਸ ਇਤੋਂ ਵੱਧ 4 ਤੋਂ ਵੱਧ ਨਹੀਂ ਚੜਨੇ ਬਹੁਤ ਮੋਟਾ ਆਲੂ ਆ ਹਾਂਜੀ ਉਹਦਾ ਤਾਂ ਕਿਲੋ ਪਾਈਆ ਦਾ 250 ਗ੍ਰਾਮ ਦਾ ਇਹ ਤਾਂ ਹੈਗੀ ਆ ਇਹਦੇ ਵਿੱਚ ਭਾਈ ਮੰਨਾ ਸਿੰਘ ਸਾਹਿਬ ਤੇ ਥੋੜੀ ਜੀ ਇੱਕ ਪ੍ਰੋਬਲਮ ਹੋ ਗਈ ਵੇ ਮਾਂ ਅਣਗਹਿਲੀ ਹੋ ਗਈ ਅਣਗਹਿਲੀ ਇਹ ਹੋ ਗਈ ਵੀ ਜਦੇ ਖੇਤ ਨਾ ਅਸੀਂ ਬਣਾਇਆ ਮਤਲਬ ਬਾਹੀ ਕੀਤੀ ਨਾ ਹਾਂਜੀ ਇਹਦੇ ਮਾਂ 2 ਟਰੈਲੀਆਂ ਪੈਣੀਆਂ ਤੀਆਂ ਸਵਾਹ ਦੀਆਂ ਇਹਨਾਂ ਨਾਲ ਨਿਆਣਿਆਂ ਨਾਲ ਭਾਈ 1 ਟਰੈਲੀ ਜੇ 2 ਪੈ ਜਾਂਦੀ ਨਾ 2 ਪਾਈਆਂ ਦੀਆਂ ਤੇ ਮੈਂ ਰੇਹ ਦੀਆਂ 2 ਪੈ ਜਾਂਦੀਆਂ ਸਵਾਹ ਦੀਆਂ ਜਿਹੜਾ ਉਧਰ ਲਗਿਆ ਤਾਂ ਉਹਦੇ ਮੈਂ ਕਿੰਨੀਆਂ ਪਈਆਂ ਨੇ ਟਰਾਲੀਆਂ ਸਵਾਹ ਦੀਆਂ ਸਾਰੇ ਵੀ ਇੱਕ ਪਾਈ ਵੀ ਉਹਦੇ ਮੈਂ ਇੱਕ ਪਾਈ ਵੀ ਇੱਧਰ ਇੱਕ ਪਈ ਵੀ ਹੈ ਇਹ ਦੋ ਪਲਾਟ ਜੇ ਬਣਾਏ ਤੇ ਹੈ ਤਾਂ ਜਗ੍ਹਾ ਤਾਂ ਇੱਕ ਕਰਨ ਵਾਲੇ ਆ ਪਹਿਲੀ ਵਾਰ ਆਲੂ ਲਾਏ ਅਸੀਂ ਇਹ ਨਾ ਪਹਿਲੀ ਵਾਰ ਉਧਰ ਦਾ ਵਧੀਆ ਨਿਕਲ ਗਿਆ ਬੀਜ ਉਹ ਫਿਰ S1 ਤੋਂ ਨਾ ਪੁਖਰਾਜ ਇੱਕ ਕੱਟਾ ਲਾਇਆ ਤਾਂ 1400 ਦਾ ਲਿਆ ਕੇ ਹਾਂਜੀ ਹਾਂਜੀ ਤੇ ਨਿਕਲੇ ਹੁਣ ਉਹਦੇ ਵਿੱਚ 22 ਕੱਟੇ ਹਾਂ ਹਾਂ 22 ਕੱਟੇ ਇਹ ਕਿਹਾ ਹੁਣ ਮੋਦੀ ਸਰਕਾਰ ਨਾ ਜਿਹੜੀ MSP ਇਹਨਾਂ ਨਾਲ ਦਿੱਤੀ ਵੀ ਤਾਂ ਹੈਗੀ ਆ ਕਣਕਾਂ ਧਾਨਾਂ ਪਰ ਵਾਹ ਹੋਈ ਹੈ ਕਿਤੇ 23 ਫਸਲਾਂ ਪਰ ਇਹ ਦੇ ਦਿਖਾਣਾ ਇਹ MSP ਤੇ ਮੈਂ ਕਹਿੰਦਾ ਫਿਰ ਬਹਿਜਾ ਹੀ ਹੋ ਜਾਵਾ ਫਿਰ ਤਾਂ ਆਲੂ ਅਗਲਾ ਧਾਨ ਔਰ ਕਣਕ ਦਾ ਛੱਡੇ ਦਾ ਵਾ ਜ਼ਿਮੀਦਾਰ ਲਾਣੇ ਬਸ ਉਹ ਇੱਕ ਤਰ੍ਹਾਂ ਦਾ ਚਾਹੁੰਦਾ ਵੀ ਉਹ ਇਹ ਜਿਹੜਾ ਮੁੱਦਾ ਬਣੇ ਵੇ ਆ ਪਰਾਲੀ ਵਾਲਾ ਮੁੱਦਾ ਜੀ ਪਰਾਲੀ ਫੂਕੂਗੇ ਮੋਦੀ ਸਾਹਿਬ ਕਹਿੰਦਾ 1 ਕਰੋੜ ਤੁਹਾਨੂੰ ਜੁਰਮਾਨਾ ਲਾਉਂਗੇ 5 ਸਾਲ ਦੀ ਕੈਦ ਫਿਰ ਪਾਣੀ ਵਾਲੇ ਕਹਿੰਦੇ ਜੀ ਪਾਣੀ ਥੱਲਾ ਹੋ ਗਿਆ ਪਾਣੀ ਥੱਲਾ ਚੱਲ ਗਿਆ ਜੀ ਇਹ ਸੰਕਟ ਬਹੁਤ ਆ ਇਹਦਾ ਜ਼ਿਮੀਦਾਰਾਂ ਦਾ 6 ਮਹੀਨੇ ਸਾਲ ਮੈਂ ਕਰ ਦੇਣਾ ਫਤਿਹ ਜੇ ਕਿਤੇ ਸਾਰੀਆਂ ਫਸਲਾਂ ਪਰ MSP ਖਰੀਦ ਨੂੰ ਸ਼ੁਰੂ ਕਰਦਾ ਵਾ ਇਹ ਲਓ ਜੀ ਆਪਣਾ ਸਾਰਾ ਹੁਣ ਕੰਮ ਫਿਨਿਸ਼ ਹੋ ਗਿਆ ਤੇ ਆਲੂ ਪੱਟ ਲਏ ਤੇ ਹੁਣ ਚੱਲੀਏ ਘਰ ਨੂੰ
आलू आलू आप पट ले तो हूँ आप चले घरे आ देख सकते जी आ ट्रैक्टर की लाइटा के बीच मैं वीडियो बना रहा है। वीडियो वधिया लगी तो लाइक करो कमेंट करो तो सबसक्राइब कर लो।